ਜੇ ਤੁਸੀਂ ਧੀਆਂ ਨੂੰ ਪਿਆਰ ਕਰਦੇ ਆ ਨਾ ਤੇ ਅੱਜ ਦੀ ਵੀਡੀਓ ਨਾ ਤੁਸੀਂ ਸ਼ੇਅਰ ਜ਼ਰੂਰ ਕਰਿਓ। ਮੈਂ ਇੱਕ ਇਹੋ ਜੀ ਕਲੱਬ ਦੇ ਕਾਰਜ ਤੇ ਪਹੁੰਚਿਆ ਲੋਹੜੀ ਵਾਲੇ ਦਿਨਾਂ ਦੇ ਵਿੱਚ, ਜਿਹੜੀ ਕਲੱਬ ਆ ਜਿਹੜੀ ਉਹ ਧੀਆਂ ਦੀ ਲੋਹੜੀ ਵੀ ਮਨਾਉਂਦੀ ਆ ਤੇ ਜਿਹੜੇ ਪਰਿਵਾਰ ਸਮਰੱਥਾ ਨਹੀਂ ਰੱਖਦੇ ਆਪਣੀ ਧੀ ਦਾ ਵਿਆਹ ਕਰਨ ਵਾਸਤੇ, ਉਹਨੂੰ ਬਹੁਤ ਸੋਹਣੇ ਵਧੀਆ ਟਰੀਟਮੈਂਟ, ਪੂਰਾ ਤਕੜਾ ਟਰੀਟਮੈਂਟ ਦੇ ਕੇ ਵਿਆਹ ਕਰਦੀ ਹੈ। ਜਿਵੇਂ ਮੰਨ ਲਓ ਕਿਸੇ ਯਾਰ ਧੀ ਆ, ਗਰੀਬ ਘਰੇ ਪੈਦਾ ਹੋ ਗਈ, ਪਰ ਰੀਝਾਂ ਤਾਂ ਹੁੰਦੀਆਂ ਯਾਰ, ਸਧਰਾਂ ਤਾਂ ਹੁੰਦੀਆਂ ਧੀ ਦੀਆਂ ਵੀ ਮੇਰਾ ਵਿਆਹ ਹੋਵੇ ਵਧੀਆ ਤਰੀਕੇ ਨਾਲ, ਹੈ ਨਾ। ਤਾਂ ਉਹ ਸਾਰੀ ਇੱਛਾ ਜਿਹੜੀ ਇਹ ਕਲੱਬ ਪੂਰੀ ਕਰ ਦਿੰਦੀ ਆ। ਮੈਂ ਬਹੁਤ ਮਤਲਬ ਦਿਲੋਂ ਇਸ ਬੰਦੇ 'ਤੇ ਖੁਸ਼ ਹਾਂ ਬਾਈ ਪਿੰਦੂ ਜੌਲ 'ਤੇ। ਮੈਂ ਪਿੰਡ ਘੁੜਕੇ ਦੇ ਵਿੱਚ ਆ, ਦੁਆਬੇ ਏਰੀਏ ਦਾ ਪਿੰਡ ਆ, ਜੌਲ ਫਾਰਮ 'ਤੇ ਆਇਆ। ਜੌਲ ਫਾਰਮ ਦਾ ਤੁਹਾਨੂੰ ਅੱਜ ਆ ਜਿਹੜੀ ਉਹ ਤੁਹਾਨੂੰ ਕਿਸੇ ਵੀ ਵੱਡੀ ਆਪਾਂ ਕਹਿੰਦੇ ਪੈਲਸ ਵਾਂਗੂ ਤਬਦੀਲ ਕੀਤਾ ਹੋਇਆ। ਬਾਈ ਹੁਣਾਂ ਨੇ ਨਾ ਇਹਨੂੰ ਪੈਲਸ ਵਾਂਗੂ ਪਤਾ ਕਿਉਂ ਬਣਾਤਾ, ਆਹ ਫਾਰਮ ਨੂੰ ਪੈਲਸ 'ਚ ਹੀ ਤਬਦੀਲ ਕਰਤਾ, ਕਿਉਂਕਿ ਬਾਈ ਹੁਣੀ ਹਰ ਸਾਲ ਇਹ ਕੰਮ ਕਰਦੇ ਆ। ਆਹ ਦੇਖੋ ਕਿੰਨੀ ਸਿਕਿਉਰਿਟੀ ਆ ਇੱਥੇ, ਦੇਖੋ ਕਿੰਨੀ ਸਿਕਿਉਰਿਟੀ ਆਈ ਹੋਈ ਆ, ਕਿੰਨੀ ਸਿਕਿਉਰਿਟੀ ਆਈ ਹੋਈ ਆ ਬਾਈ। ਮੁਖਵਿੰਦਰ ਸਿੰਘ SSP ਸਾਹਿਬ ਆ, ਉਹ ਵੀ ਸਪੈਸ਼ਲ ਸਹਿਯੋਗ ਦਿੰਦੇ ਆ ਇਸ ਕਾਰਜ ਦੇ ਵਿੱਚ। ਬਾਈ ਹੁਣਾਂ ਨੇ ਨਾ ਫਾਰਮ ਆ ਜਿਹੜਾ ਬਾਈ ਪਿੰਦੂ ਹੁਣਾਂ ਨੇ ਉਹ ਐਵੇਂ ਬਣਾਤਾ। ਆਹ ਦੇਖੋ ਆਹ ਸਮਾਨ ਪਿਆ ਜਿਹੜਾ ਧੀਆਂ ਨੂੰ ਪੂਰਾ ਵਧੀਆ ਸਮਾਨ ਆ ਜਿਹੜਾ ਉਹ ਦੇਣਾ। ਆਹ ਦੇਖੋ ਪੂਰਾ ਵਧੀਆ ਪੈਲਸ ਵਾਂਗੂ, ਮਤਲਬ ਇੱਥੇ ਖਾਣਾ ਸਮਾਨ, ਧੀਆਂ ਨੂੰ ਸਤਿਕਾਰ। ਆਪਾਂ ਇੱਥੋਂ ਦੀ ਟੀਮ ਨਾਲ ਵੀ ਗੱਲ ਕਰਦੇ ਹਾਂ, ਜਿਹੜੀ ਇੱਥੇ ਟੀਮ ਆ, ਜਿਹੜੇ ਬਾਈ ਪਿੰਦੂ ਇਸ ਵਾਰੀ ਨਹੀਂ ਆਏ, ਬਾਹਰੋਂ ਨਹੀਂ ਆਏ ਪਿੰਦੂ ਬਾਈ ਹੁਣੀ, ਤਾਂ ਇਸ ਵਾਰੀ ਇੱਥੋਂ ਦੀ ਜਿਹੜੀ ਟੀਮ ਆ ਉਹ ਪ੍ਰਬੰਧ ਸਾਂਭ ਰਹੀ ਆ। ਤਾਂ ਆਪਾਂ ਬਾਈ ਉੱਥੋਂ ਦੀ ਟੀਮ ਨਾਲ ਥੋੜ੍ਹੀ ਗੱਲਬਾਤ ਕਰਦੇ ਹਾਂ, ਆਪਾਂ ਜਾਣਕਾਰੀ ਲੈਂਦੇ ਹਾਂ ਵੀ ਕਦੋਂ ਕਦੇ ਉਹ ਇਹ ਕੰਮ ਕਰ ਰਹੇ ਆ। ਪਰ ਜੋ ਵੀ ਕਰ ਰਿਹਾ ਨਾ ਬਹੁਤ ਕਮਾਲ ਕਰ ਰਿਹਾ, ਮਤਲਬ ਅੱਜ ਆ ਕੇ ਇਸ ਕਾਰਜ ਦੇ ਵਿੱਚ ਇੰਨਾ ਆਨੰਦ ਆ ਰਿਹਾ, ਸਵਾਦ ਆ ਰਿਹਾ। ਆਪਾਂ ਗੱਲਬਾਤ ਕਰ, ਆਪਾਂ ਨਾ ਬਾਈ ਹੁਣਾਂ ਦੀ ਟੀਮ ਦੇ ਨਾਲ ਗੱਲਬਾਤ ਕਰਦੇ ਹਾਂ। ਆਹ ਸਾਰੀ ਟੀਮ ਮੇਰੇ ਨਾਲ ਖੜ੍ਹੀ ਆ, ਬਹੁਤ ਸਾਰੀ ਟੀਮ ਖੜ੍ਹੀ ਆ ਅਤੇ ਕਾਫੀ ਟੀਮ ਆ ਜਿਹੜੀ ਅੰਦਰ ਕੰਮ ਵੀ ਕਰ ਰਹੀ ਆ, ਪਰਿਵਾਰ ਦੇ ਮੈਂਬਰ ਆ, ਸਾਰਾ ਇੱਕ ਪਰਿਵਾਰ ਹੀ ਆ ਬਾਈ ਪਿੰਦੂ ਹੁਣਾਂ ਦੀ। ਇਹ ਬਾਈ ਜੀ ਪਹਿਲਾਂ ਤਾਂ ਮੈਨੂੰ ਦੱਸੋ ਇਹ ਕਲੱਬ ਕਿਹੜੀ ਆ, ਕਿਹੜੀ ਕਿਹੜਾ ਟਰੱਸਟ ਹੈ, ਕਲੱਬ ਆ ਕਿਹੜਾ ਹੈ, ਇਹਦਾ ਨਾਂ ਕੀ ਆ? ਇਹ ਸਾਡੀ ਸੰਸਥਾ ਨਾ ਵਰਲਡ ਵਾਈਡ ਸਕੋਪ ਵੈਲਫੇਅਰ ਸੋਸਾਇਟੀ। ਹਾਂਜੀ, ਜੋੜ ਫਰਮ ਕੁੜਕਾ। ਇਹ ਕਿੰਨੀਆਂ ਕੁੜੀਆਂ ਦੇ ਵਿਆਹ ਕਰਦੇ ਆ ਆਪਾਂ? ਆਪਾਂ ਨੂੰ ਇਹ ਕੰਮ ਐਚ ਕੀ ਅਸੀਂ ਕਰ ਰਹੇ 7 ਕੁੜੀਆਂ ਦੇ ਵਿਆਹ ਜੀ, ਅਤੇ 5101 ਕੁੜੀਆਂ ਦੀ ਲੋਹੜੀ ਪਾ ਰਹੇ ਆਪਾਂ। ਇੰਨੀਆਂ ਕੁੜੀਆਂ 5100? ਹਾਂਜੀ ਹਾਂਜੀ ਭਾਜੀ, 5100 ਕੁੜੀ ਕਿਵੇਂ ਇਕੱਠੀ ਕਰਦੇ ਆ ਇੰਨੀਆਂ ਕੁੜੀਆਂ ਦਾ? ਇਹ ਅਸੀਂ ਇਹਦੇ ਨਾਲ ਅਸੀਂ ਸਰਕਾਰ ਦੀ ਸਹਾਇਤਾ ਵੀ ਲੈਂਦੇ ਹਾਂ ਜੀ। ਉਹ ਜਿਹੜੀਆਂ CDPO ਮੈਡਮਸ ਹੈ ਉਹ ਸਾਨੂੰ ਲਿਸਟਾਂ ਪ੍ਰੋਵਾਈਡ ਕਰਦੀਆਂ ਆ ਅਤੇ ਕੁੜੀਆਂ ਨੂੰ ਹੌਸਲਾ ਦਿੰਦੀਆਂ ਵੀ ਤੁਸੀਂ ਸਾਡੇ ਨਾਲ ਚੱਲੋ, ਉੱਥੇ ਸਾਨੂੰ ਇੱਥੇ ਲੈ ਕੇ ਆਉਂਦੇ ਸਾਰਿਆਂ ਨੇ ਉਹ। ਅੱਛਾ, 5100 ਕੁੜੀ ਇਕੱਠੀ ਕਰਦੇ ਹੋ? ਹਾਂਜੀ ਹਾਂਜੀ ਭਾਜੀ, ਹਾਂਜੀ ਹਾਂਜੀ, ਬਹੁਤ ਮਿਹਨਤ ਦਾ ਕੰਮ ਹੈ ਭਾਈ। ਇਹ ਸਾਨੂੰ ਕੰਮ ਕਰਦੇ 2 ਮਹੀਨੇ ਹੋ ਗਏ ਜੀ। ਇਹ 2 ਮਹੀਨੇ ਤੁਹਾਨੂੰ ਪ੍ਰਬੰਧ ਕਰਦੇ ਨੂੰ ਲੱਗ ਜਾਂਦੇ? ਹਾਂਜੀ ਹਾਂਜੀ, 2 ਮਹੀਨੇ ਤੋਂ ਅਸੀਂ ਇਹ ਪ੍ਰਬੰਧ ਕਰ ਰਹੇ ਹਾਂ ਜੀ। ਅੱਛਾ, 2 ਮਹੀਨੇ? ਹਾਂਜੀ ਹਾਂਜੀ ਹਾਂਜੀ। ਕਿੰਨੇ ਚਿਰ ਤੋਂ ਕਰਦੇ ਆ, ਕਿੰਨਾ ਟਾਈਮ ਹੋ ਗਿਆ? ਇਹ ਸਾਨੂੰ 15 ਸਾਲ ਹੋ ਗਏ ਭਾਈ ਕੰਮ ਕਰਦੇ। ਅੱਛਾ, 15 ਸਾਲ ਤੋਂ ਲਗਾਤਾਰ ਇਹ ਟੀਮ ਕੰਮ ਕਰੀ? ਬਿਲਕੁਲ ਬਿਲਕੁਲ ਜੀ, ਹਾਂਜੀ 15 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ। ਇਹਦੇ ਵਿੱਚ ਅਸੀਂ ਅੱਖਾਂ ਦੇ ਕੈਂਪ ਜੀ, ਬਲੱਡ ਕੈਂਪ ਜੀ, ਫਿਰ ਲੜਕੀਆਂ ਜ਼ਰੂਰਤਮੰਦ ਪਰਿਵਾਰਾਂ ਦੇ ਲੜਕੀਆਂ ਦੀ ਸ਼ਾਦੀ ਜੀ, ਅਤੇ ਫਿਰ ਲੜਕੀਆਂ ਦੀ ਲੋਹੜੀ। ਵਾਹ 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 ਵਾਹ, ਬਹੁਤ ਵੱਡੀ ਗੱਲ। ਇਹ ਸ਼ੁਰੂ ਕੌਣ ਕਰਦਾ, ਕਿਹਦੇ ਦਿਮਾਗ 'ਚ ਇਹ ਆਈਡੀਆ ਆਉਂਦਾ? ਇਹ ਸਾਡੇ ਵੱਡੇ ਭਾਜੀ ਆ ਪਿੰਦੂ ਜੋਲ ਜੀ,
ਅੱਛਾ ਬਾਈ ਪਿੰਦੂ ਸ਼ੁਰੂ ਕਰਦੇ ਆ। ਹਾਂਜੀ ਹਾਂਜੀ ਪਿੰਦੂ ਜੋੜ ਜੀ, ਉਹ ਹੀ 15 ਸਾਲ ਤੋਂ ਉਹਨਾਂ ਨੇ ਇਹ ਚੱਕਿਆ ਬੀੜਾ ਵੀ ਉਹ ਰਹਿੰਦੇ ਤਾਂ UK 'ਚ ਪਰ ਉਹਨਾਂ ਨੂੰ ਆਪਣੇ ਦੇਸ਼ ਨਾਲ, ਪੰਜਾਬ ਨਾਲ, ਆਪਣੇ ਪਿੰਡ ਨਾਲ ਇੰਨਾ ਪਿਆਰ ਆ। ਉਹ ਚਾਹੁੰਦੇ ਕਿ ਮੈਂ ਇਸ ਪਿੰਡ ਲਈ ਕੁਛ ਕਰਾਂ ਜਾਂ ਮੈਂ ਆਪਣੇ ਪੰਜਾਬ ਲਈ ਕੁਛ ਕਰਾਂ, ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਆਪਣਾ, ਮਤਲਬ ਕਿ ਉਹਨਾਂ ਦੀ ਸੋਚ ਹੀ ਇਹੀ ਆ ਕਿ ਮੈਂ ਕੁਛ ਕਰ ਸਕਾਂ ਬਸ, ਔਰ ਬਸ ਉਹ ਉਹਨਾਂ ਦੀ ਦਿਸ਼ਾ ਨਿਰਦੇਸ਼ ਆ ਸਭ ਕੁਛ। ਬਾਈ ਪਿੰਦੂ ਯਾਰ, ਤੁਹਾਡੀ ਸੋਚ ਨੂੰ ਸਲਾਮ ਆ। ਮੈਂ ਹੈਰਾਨ ਹਾਂ, ਜੇ ਸੱਚੀ ਮੈਂ ਕਦੇ ਇਸ ਥਾਂ 'ਤੇ ਨਾ ਪਹੁੰਚਦਾ ਤਾਂ ਮੈਨੂੰ ਇਹ ਐਡੀ ਵੱਡੀ ਗੱਲ ਦਾ ਪਤਾ ਹੀ ਨਾ ਲੱਗਦਾ ਵੀ ਯਾਰ ਪੰਜਾਬ ਦੇ ਕਿਸੇ ਕੋਨੇ ਕੋਈ ਇਹੋ ਜਿਹਾ ਸ਼ਖਸ ਬੈਠਾ ਜਿਹਦੇ ਸੀਨੇ 'ਚ ਸੋਨੇ ਦਾ ਦਿਲ ਧੜਕਦਾ। ਬਿਲਕੁਲ ਬਿਲਕੁਲ, ਬਹੁਤ ਸੋਚ ਹੈ ਜੀ ਉਸ ਆਪਣੇ ਪੰਜਾਬ, ਆਪਣੇ ਪਿੰਡ ਬਾਰੇ, ਪੰਜਾਬ ਬਾਰੇ ਬਹੁਤ ਸੋਚ ਰੱਖਦਾ ਜੀ। ਇਸ ਤੋਂ ਇਲਾਵਾ ਦੇਖੋ ਆਪਣੇ ਪਿੱਛੇ ਕਰੋਨਾ ਗਿਆ, ਲੋਕ ਆਪਣੇ ਘਰਾਂ 'ਚ ਬੜੇ ਰਹੇ ਆ, ਘਰੋਂ ਨਿਕਲਦੇ ਨਹੀਂ ਸੀ, ਪਰ ਉਹਨੇ ਸਾਨੂੰ ਇੱਥੇ ਪੁਸ਼ ਕਰਕੇ ਰੱਖਿਆ ਵੀ ਤੁਸੀਂ ਲੰਗਰ ਬੰਨਣਾ, ਲੰਗਰ ਬੰਨਣਾ, ਦਿਨ ਰਾਤ ਅਸੀਂ ਲੰਗਰ ਦੀ ਸੇਵਾ ਕਰਦੇ ਰਹੇ। ਹਾਂਜੀ ਹਾਂਜੀ, ਬਹੁਤ ਇਹੀ ਇਹ ਜ਼ਰੂਰੀ ਨਹੀਂ ਵੀ ਇੱਥੇ ਕਰਦਾ, ਇਹੀ ਸਭ ਕੁਛ ਇੰਗਲੈਂਡ 'ਚ ਵੀ ਕਰਦਾ ਆ। ਜਦੋਂ ਆਪਾਂ ਧੀਆਂ ਦੇ ਵਿਆਹ ਕਰਦੇ ਹਾਂ ਉਦੋਂ ਇੱਥੇ ਕੀ ਆਪਾਂ ਪ੍ਰੋਵਾਈਡ ਕਰਦੇ ਹਾਂ? ਆਨੰਦ ਕਾਰਜ ਹੁੰਦੇ ਆ, ਖਾਣਾ ਵਧੀਆ ਹੋ ਗਿਆ, ਵਧੀਆ ਹੁੰਦਾ। ਅਸੀਂ ਇਹ ਵੀ ਨਹੀਂ ਕਹਿੰਦੇ ਬਰਾਤ ਨੂੰ ਵੀ ਤੁਸੀਂ ਇੰਨੇ ਬੰਦੇ ਲਓ, ਅਸੀਂ ਕਹਿੰਦੇ ਖੁੱਲ੍ਹਾ ਸੱਦਾ, ਜਿੰਨੇ ਮਰਜ਼ੀ ਬੰਦੇ ਤੁਸੀਂ, ਮਤਲਬ ਕਿ ਇਹ ਨਾ ਲੜਕੀ ਦਾ ਪੇ ਸੋਚੇ ਕਿ ਮੈਂ ਆਪਣੀ ਲੜਕੀ ਦਾ ਵਿਆਹ ਥੋੜ੍ਹਾ ਠੰਡਾ ਕਰ ਰਿਹਾ ਵੀ ਇੱਦਾਂ ਕਰ, ਅਸੀਂ ਉਹਨੂੰ ਕਹਿ ਰਹੇ ਜਿੱਦਾਂ ਤੇਰਾ ਦਿਲ ਕਰਦਾ ਤੂੰ ਉੱਦਾਂ ਕਰ, ਜਿੰਨੇ ਮਰਜ਼ੀ ਬੰਦੇ ਸਾਥ, ਖਾਣ ਪੀਣ ਦੀ ਤੁਹਾਡੇ ਸਾਹਮਣੇ ਕੋਈ ਕਮੀ ਨਹੀਂ ਹੈ, ਫਿਰ ਉਹ ਸਾਹਮਣੇ ਦਾਜ ਲੱਗਾ ਤੁਸੀਂ ਦੇਖ ਸਕਦੇ ਹੋ। ਅਸੀਂ ਆਪਣੇ ਵੱਲੋਂ ਇਹ ਆ ਵੀ ਕੋਈ ਵੀ ਉਹਨੂੰ ਘਰ ਦੀ ਜਿਹੜੀ ਜ਼ਰੂਰਤ ਵਾਲੀ ਚੀਜ਼ ਆ ਵੀ ਅਸੀਂ ਨਾ ਛੱਡੀਏ, ਹਰ ਚੀਜ਼ ਉਹਨੂੰ ਅਸੀਂ ਦੇ ਰਹੇ ਹਾਂ। ਅਤੇ ਜਦੋਂ ਮਤਲਬ ਇੱਕ ਬਾਪ ਤੁਹਾਡੇ ਕੋਲ ਆਉਂਦਾ ਕਿ ਆਪਣੀ ਬੇਟੀ ਦਾ ਨਾਂ ਲਿਖ ਲਓ ਜਾਂ ਕਿਵੇਂ ਆ, ਉਦੋਂ ਬਾਅਦ ਇੱਥੋਂ ਕੁੜੀ ਤੋਰਦਾ, ਉਦੋਂ ਬਾਅਦ ਉਹਦੀਆਂ ਅੱਖਾਂ 'ਚ ਵੇਖਦੇ ਹੁੰਦੇ ਆ ਵੀ ਕੀ ਹੁੰਦਾ ਉਹਦੀਆਂ ਅੱਖਾਂ 'ਚ? ਬਿਲਕੁਲ ਬਿਲਕੁਲ, ਉਹ ਦੇਖੋ ਮੈਂ ਹੁਣ ਕਿੱਦਾਂ ਬਿਆਨ ਕਰਕੇ ਦੱਸਾਂ ਉਹਦੀ ਅੱਖਾਂ 'ਚ ਕੀ ਸੀਗਾ ਭਾਅ ਜੀ, ਹੈ ਨਾ। ਦੇਖੋ ਇੱਕ ਤਾਂ ਰੋਂਦਾ ਆ, ਫਿਰ ਕਿਤੇ ਉਹ ਲਾਚਾਰ ਵੀ ਹੁੰਦਾ ਥੋੜ੍ਹਾ ਜਿਹਾ, ਪਰ ਸਾਡੇ ਪਿੰਦੂ ਭਾਈ ਦੇ ਹੌਸਲੇ ਨਾਲ ਉਹਨੂੰ ਇੱਦਾਂ ਤਾਕਤ ਮਿਲੀ ਹੁੰਦੀ ਆ ਕਿ ਮੇਰਾ ਸਭ ਕੁਛ ਕਾਰਜ ਵਧੀਆ ਹੋ ਰਿਹਾ। ਹਾਂ ਵੀ ਮੇਰਾ ਇੱਕ ਭਾਈ ਆ, ਮੇਰਾ ਇੱਕ ਭਾਈ ਆ, ਉਹ ਖੜਾ ਨਾਲ ਹਰ ਵੇਲੇ। ਬਿਲਕੁਲ ਬਿਲਕੁਲ, ਇੱਥੇ ਇੱਥੇ ਨਾ ਜਿਹੜਾ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਵੀ ਇੱਥੇ ਆ ਕੇ ਇੱਕ ਚੀਜ਼ ਹੋਰ ਆ, ਇੱਥੇ ਆ ਕੇ ਨਾ ਧੀਆਂ ਨੂੰ ਐਵੇਂ ਨਹੀਂ ਦਿਖਾਇਆ ਜਾਂਦਾ ਕਿ ਤੁਸੀਂ ਗਰੀਬ ਹਾਂ ਅਸੀਂ ਤਾਂ ਕਰ ਰਹੇ ਹਾਂ, ਉਹਨਾਂ ਨੂੰ ਇਹ ਦਿਖਾਇਆ ਜਾਂਦਾ ਕਿ ਤੁਹਾਡਾ ਭਾਈ ਹੈਗਾ। ਬਿਲਕੁਲ ਬਿਲਕੁਲ ਜੀ ਬਿਲਕੁਲ, ਮਤਲਬ ਉਹਨਾਂ ਨੂੰ ਇਹ ਦਿਖਾਇਆ ਜਾਂਦਾ ਵੀ ਤੁਹਾਡਾ ਭਾਈ ਹੈਗਾ ਜਿਹੜਾ ਤੁਹਾਡਾ ਵਿਆਹ ਕਰ ਰਿਹਾ। ਬਿਲਕੁਲ ਜੀ ਬਿਲਕੁਲ, ਇਹ ਸਭ ਤੋਂ ਮਤਲਬ ਵੱਡੀ ਚੀਜ਼ ਆ। ਆਮ ਤੌਰ 'ਤੇ ਕਈ ਵਾਰੀ ਕਿਸੇ ਨੂੰ ਦਾਨ ਕਰਨ ਵੇਲੇ ਇਹ ਅਹਿਸਾਸ ਕਰਾਇਆ ਜਾਂਦਾ ਵੀ ਤੂੰ ਗਰੀਬ ਹਾਂ ਅਸੀਂ ਤੈਨੂੰ ਦਾਨ ਕਰ ਰਿਹਾ, ਇੱਥੇ ਕਿਹਾ ਜਾਂਦਾ ਕਿ ਨਹੀਂ ਤੇਰਾ ਹੱਕ ਬਣਦਾ ਤੂੰ ਆਪਦੇ ਭਾਈ ਦੇ ਘਰੋਂ ਲੈ ਕੇ ਜਾ। ਬਿਲਕੁਲ, ਇਹ ਮਤਲਬ ਇੱਕ ਬਹੁਤ ਵੱਡਾ ਅਲੱਗ, ਫਿਰ ਧੀ ਦੇ ਜੰਮਣ ਤੋਂ ਲੈ ਕੇ ਤੁਸੀਂ ਇਹ ਦੇਖੋ ਵੀ ਕਿਸੇ ਬੰਦੇ ਦੇ ਵਿੱਚ ਕੀ ਸੋਚ ਆ। ਧੀ ਜੰਮਦੀ ਆ, ਲਿਸਟਾਂ ਲੈਂਦੇ ਆ, 5100 ਧੀ ਇਕੱਠੀ ਕਰਦੇ ਆ, ਫਿਰ ਉਹਨਾਂ ਦੀ ਲੋਹੜੀ ਕਰਦੇ ਆ, ਧੀਆਂ ਦੀ ਲੋਹੜੀ ਕਰਦੇ ਆ, ਉਹਦੇ ਵਾਰਸ ਬਾਈ ਹੁਣਾਂ ਦਾ ਬਹੁਤ ਵੱਡਾ ਯੋਗਦਾਨ। ਬਹੁਤ ਜੀ ਬਹੁਤ, ਵਾਰਸ ਭਾਜੀ, ਕਮਲ ਹੀਰ ਸਿੰਘ ਤਾਰ ਭਾਜੀ, ਮੰਗੀ ਮਾਲ ਭਾਜੀ, ਤੇ ਹੋਰ ਬਹੁਤ ਸਾਰੇ ਸਿੰਘ, ਦੇਵੀ ਮਖਸੂਸ ਭਾਜੀ, ਭਾਜੀ ਬਹੁਤ ਸਾਡਾ ਸਾਥ ਦਿੰਦੇ ਆ ਜੀ ਸਾਰੇ। ਇਹ ਸਾਡੇ ਬਾਰ ਕੌਂਸਲ ਦੇ ਪ੍ਰਧਾਨ ਆ ਫਲੋਰ ਤੋਂ ਜੀ, ਇਹ ਵੀ ਸਾਡੀ ਟੀਮ ਦੇ ਮੇਨ ਮੈਂਬਰ ਹੈ ਜੀ। ਹਾਂਜੀ ਹਾਂਜੀ, ਬਹੁਤ ਸਾਰੇ ਬੰਦੇ ਤਾਂ ਤੁਹਾਡੇ UK ਤੋਂ, ਅਮਰੀਕਾ ਤੋਂ ਟਿਕਟਾਂ ਲੈ ਕੇ ਆਏ ਹੋਏ ਆ। ਹਾਂਜੀ ਬਿਲਕੁਲ ਜੀ ਬਿਲਕੁਲ, ਬਹੁਤ ਜਿਹੜੇ ਅਮਰੀਕ ਭਾਜੀ ਆਏ ਆ, ਜੀਤ ਅੰਕਲ ਨੂੰ, ਹੋਰ ਬਹੁਤ ਸਾਰੇ ਬੰਦੇ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਉੱਥੋਂ ਆ ਰਹੇ ਜੀ। ਇਹਨਾਂ ਨਾਲ ਤੁਸੀਂ ਕਰੋ ਗੱਲ ਭਾਜੀ, ਬਹੁਤ ਚੰਗਾ ਲੱਗਿਆ ਸੋਹਣਿਆ, ਬਹੁਤ ਆਨੰਦ ਆਇਆ। ਆਹ ਦੇ ਦਿਓ ਮੈਨੂੰ ਮਾਈਕ ਦੇ ਦਿਓ। ਕਿਵੇਂ ਬਾਈ ਜੀ, ਕਦੋਂ ਤੋਂ ਜੁੜੇ ਹੋਏ ਤੁਸੀਂ ਟੀਮ ਨਾਲ, ਕਦੋਂ ਤੋਂ ਜੁੜੇ ਹੋਏ? ਮੈਨੂੰ ਟੀਮ ਨਾਲ ਜੁੜੇ ਨੂੰ 10 ਸਾਲ ਹੋ ਗਿਆ। ਵੈਸੇ ਜਿਹੜੇ ਕਾਰਜ ਹੈਗੇ ਆ ਤਕਰੀਬਨ 15 ਸਾਲ ਤੋਂ ਚੱਲ ਰਹੇ ਹੈਗੇ ਜੀ। ਕਿਵੇਂ ਆਨੰਦ
ਅੰਦਰਲਾ ਅੰਦਰਲੀ ਭਾਵਨਾ ਦੇ ਜੇ ਕੋਈ ਦੋ ਸ਼ਬਦ ਦੱਸ ਦਿਓ ਕੀ ਕੀ ਮਹਿਸੂਸ ਕਰਦੇ ਤੇ ਤਾਂ ਕਿ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਕਿ ਅਸੀਂ ਪਰਿਵਾਰਕ ਮੈਂਬਰ ਹਾਂ, ਟੀਮ ਦੇ ਮੈਂਬਰ ਹਾਂ ਜੀ, ਕਿ ਜੋ ਸਾਡੇ ਜੌਹਲ ਸਾਹਿਬ ਦੀ ਸੋਚ, ਪਿੰਦੂ ਜੌਹਲ ਸਾਹਿਬ ਦੀ ਸੋਚ ਹੈਗੀ ਆ ਜੀ, ਕਰਕੇ ਮੈਂ ਪੇਸ਼ੇ ਤੋਂ ਵਕੀਲ ਆ ਜੀ। ਸੁਪਰੀਮ ਕੋਰਟ ਨੇ ਕੋਈ ਕੁੜੀਆਂ ਦੇ ਪ੍ਰਤੀ ਕੋਈ ਜਜਮੈਂਟਾਂ ਉੱਥੇ ਰਹਿ ਜਾਂਦੀਆਂ ਜੀ, ਸਰਕਾਰਾਂ ਦੇ ਫੈਸਲੇ ਉੱਥੇ ਰਹਿ ਜਾਂਦੇ ਆ ਜੀ। ਜਿਹੜੀ ਚੀਜ਼ ਗਰਾਊਂਡ ਲੈਵਲ 'ਤੇ, ਜਿੱਦਾਂ ਫੀਮੇਲ ਫੋਰਟੀਸਾਈਡ ਆ, ਤਾਂ ਆਪਣੇ ਬੱਚਿਆਂ ਦੇ ਉਥਾਨ ਵਾਸਤੇ ਜਾਂ ਔਰਤ ਨੂੰ ਵੱਡਾ ਯੋਗਦਾਨ ਦੇਣ ਵਾਸਤੇ ਗੁਰੂ ਮਹਾਰਾਜ ਨੇ ਇੰਨੇ ਇੰਨੇ ਸ਼ਬਦ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈਗੇ ਆ, ਉਹਨਾਂ ਨੂੰ ਪੂਰਾ ਕਰਨ ਦੇ ਲਈ ਕੋਈ ਤਾਂ ਕੋਈ ਬੰਦਾ ਚਾਹੀਦਾ ਜਿਹੜਾ ਗਰਾਊਂਡ ਲੈਵਲ 'ਤੇ ਕੰਮ ਕਰੇ ਅਤੇ ਇਸ ਚੀਜ਼ ਨੂੰ ਆਪਾਂ ਉੱਪਰ ਚੱਕੀਏ, ਕਿਉਂਕਿ ਇਹਨਾਂ ਚੀਜ਼ਾਂ ਦੀ ਇੰਪਲੀਮੈਂਟੇਸ਼ਨ ਜਦ ਤੱਕ ਗਰਾਊਂਡ ਲੈਵਲ 'ਤੇ ਨਹੀਂ ਹੁੰਦੀ ਤਦ ਤੱਕ ਆਪਾਂ ਕੋਈ ਚੀਜ਼ ਨੂੰ ਆਪਾਂ ਕਹਿ ਨਹੀਂ ਸਕਦੇ ਕਿ ਇਹ ਚੀਜ਼ ਪੂਰੀ ਹੋ ਸਕਦੀ ਕਿ ਨਹੀਂ ਹੋ ਸਕਦੀ। ਇਸ ਕਰਕੇ ਇੱਦਾਂ ਦੇ ਉਪਰਾਲੇ ਅਸੀਂ ਦੇਖਦੇ ਹਾਂ ਜਦੋਂ ਦੇ ਸ਼ੁਰੂ ਕੀਤੇ ਆ, ਅਤੇ ਸਾਡੇ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਲੋਹੜੀਆਂ ਦੇ ਪ੍ਰੋਗਰਾਮ ਬੱਚਿਆਂ ਦੇ ਵਾਸਤੇ ਹੋਣ ਲੱਗ ਪਏ ਆ, ਇਹ ਇੱਕ ਅਵੇਅਰਨੈਸ ਆ। ਪਰ ਅਸੀਂ ਜਦੋਂ 10-15 ਸਾਲ ਪਹਿਲਾਂ ਤੋਂ ਦੇਖਦੇ ਸੀਗੇ ਨਾ, ਕੋਈ ਬੰਦਾ ਨਹੀਂ ਇਸ ਚੀਜ਼ ਦੇ ਵੱਲ ਥੋੜ੍ਹਾ ਜਿਹਾ ਸੋਚਦਾ ਸੀਗਾ, ਅਤੇ ਫਕਰ ਮਹਿਸੂਸ ਕਰਦੇ ਆ ਅਤੇ ਸਾਰਾ ਕੁਛ ਚੱਲਦਾ ਹੈਗਾ ਆ। ਅੱਜ ਧੀਆਂ ਦੇ ਆਨੰਦ ਕਾਰਜ ਹੈਗੇ ਆ, ਇਹ ਬਹੁਤ ਵਧੀਆ। ਮੈਨੂੰ ਵੀਰੇ ਮੈਨੂੰ ਲੱਗਦਾ ਸਫਲਤਾ ਹੀ ਉੱਥੇ ਆ ਵੀ ਇੱਕ ਕਾਰਜ ਨੂੰ ਕਰਕੇ ਉਹਨੂੰ ਵੱਡਾ ਕਰਨ 'ਚ ਵੱਡੀ ਸਫਲਤਾ ਨਹੀਂ, ਇੱਕ ਕਾਰਜ ਨੂੰ ਦੇਖ ਕੇ ਹੋਰ ਕਾਰਜ ਹੋਣ ਲੱਗ ਜਾਣ ਉਹ ਵੱਡੀ ਸਫਲਤਾ। ਬਿਲਕੁਲ ਬਿਲਕੁਲ ਜੀ, ਹੁਣ ਸਾਨੂੰ ਇਹ ਕੰਮ ਕਰਦੇ ਦੇਖ ਕੇ ਹੋਰ ਵੀ ਪੰਜਾਬ ਦੇ ਵਿੱਚ ਇਹ ਵਾਲੇ ਕੰਮ ਕਰਨ ਲੱਗ ਪਏ, ਕਰਨ ਲੱਗ ਪਏ। ਬਿਲਕੁਲ ਜੀ ਬਿਲਕੁਲ, ਤੇ ਉਹ ਇਹ ਆਪਣੀ ਸਫਲਤਾ। ਬਿਲਕੁਲ ਜੀ, ਸਾਡੀ ਸਫਲਤਾ, ਆਪਾਂ ਆਹ ਬੀਜ ਬੀਜਣਾ ਚਾਹੁੰਦੇ ਸੀ ਇੰਨੇ ਰੱਖੋ। ਬਿਲਕੁਲ ਬਿਲਕੁਲ, ਸਾਨੂੰ ਇਦਾਂ ਕੁੜੀਆਂ ਦੀ ਲੋਹੜੀ ਪਾਉਂਦੇ ਦੇਖ ਹੋਰ ਹੁਣ ਸਾਡੇ ਸ਼ਹਿਰ ਦੇ ਵਿੱਚ ਵੀ ਜਾਂ ਪੰਜਾਬ 'ਚ ਵੀ ਇਦਾਂ ਦੇ ਵੱਡੇ ਲੋਕ ਪ੍ਰੋਗਰਾਮ ਕਰਨ ਲੱਗ ਪਏ। ਤਾਂ ਬਾਈ ਜੀ ਉਹਨਾਂ ਦੀ ਬਹੁਤ ਵੱਡੀ ਟੀਮ ਆ, ਆਪਾਂ ਕਹਿ ਲਈਏ ਕਿ ਸਾਰੇ ਬੰਦੇ ਆ ਨਾ, ਜਿੰਨੇ ਵੀ ਭੈਣ ਭਾਈ ਹੈਗੇ ਆ, ਸਾਰੇ ਹੀ ਆਪਦਾ ਸਹਿਯੋਗ ਕਰ ਰਿਹਾ, ਕੋਈ ਬਾਹਰ ਬੈਠਾ ਸਹਿਯੋਗ ਕਰ ਰਿਹਾ। ਆ ਵੀ ਬਾਈ ਹੁਣਾਂ ਦੀ ਟੀਮ ਆ, ਪਰਿਵਾਰ ਆ ਬਾਈ ਹੁਣਾਂ ਦਾ, ਸਾਰਾ ਇੱਕ ਪਰਿਵਾਰ ਵਾਂਗੂ ਕੰਮ ਕਰਦੇ ਆ। ਬਾਈ ਕਿੰਨਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਟੀਮ ਦੇ ਵਿੱਚ ਕੰਮ ਕਰਦੇ? ਮੇਰਾ ਤਾਂ ਪਰਿਵਾਰ ਹੀ ਆ ਜੀ ਇਹ, ਮੇਰੇ ਨਾਨਾ ਜੀ ਪਿਆਰਾ ਸਿੰਘ ਜੌਹਲ ਜੀ, ਤੇ ਮਾਮਾ ਜੀ ਮੇਰੇ ਗੁਰਮੁਖ ਸਿੰਘ ਜੌਹਲ, ਤਰਲੋਚਨ ਸਿੰਘ ਜੌਹਲ ਜੀ, ਤੇ ਭਰਾ ਜੀ ਅਮਰੀਕ ਸਿੰਘ ਜੀ ਜੀ, ਤੇ ਭੈਣ ਜੀ ਆਪਣੇ ਭੋਲੀ ਭੈਣ ਸਾਡੀ ਹੈ ਨਾ ਜੀ, ਇਹ ਪ੍ਰਦੀਪ ਸਿੰਘ ਭਰਾ ਜੀ ਸਾਡਾ, ਇਹ ਬਾਈ ਦੀ ਪਿੰਦੂ ਦੀ ਭੈਣ, ਪਿੰਦੂ ਦੀ ਭੈਣ ਆ ਨਾ, ਮੇਰੇ ਨਾਨਕਾ ਪਰਿਵਾਰ ਆ ਇਹ ਹੈ ਨਾ ਜੀ, ਸਾਡੇ ਮਾਮਾ ਜੀ ਦਾ ਬੇਟਾ ਆ ਨਾ ਜੀ, ਇਹ ਸ਼ੁਰੂ ਤੋਂ ਪਰਿਵਾਰ ਨੂੰ ਜਿੱਦਾਂ ਕਹਿ ਲਓ ਵੀ ਨਾਨਾ ਜੀ ਵੱਲੋਂ ਹੀ ਤੇ ਮਾਮਾ ਜੀ ਤੋਂ ਪ੍ਰੋਗਰਾਮ ਚੱਲੀ ਜਾਂਦੇ ਇੱਦਾਂ ਹੈ ਨਾ, ਮਹਾਰਾਜ ਦਇਆ ਨਾਲ। ਤੇ ਪਹਿਲਾਂ ਹੋਰ ਭਲਾਈ ਦੇ ਕੰਮ ਕਰਦੇ ਸੀਗੇ ਜੀ, ਤੇ ਦੁਬਾਰਾ ਫਿਰ ਜਦੋਂ ਹੁਣ ਪਿੰਦੂ ਹੁਣੀ ਉੱਧਰ ਇੰਗਲੈਂਡ ਜਾ ਕੇ, ਤਾਂ ਫਿਰ ਇਹ ਕੰਮ ਵੱਡੇ ਲੈਵਲ 'ਤੇ ਸਟਾਰਟ ਕੀਤਾ ਨਾ। ਪਹਿਲਾਂ ਵੀ ਛੋਟੇ ਲੈਵਲ 'ਤੇ ਜਿੱਦਾਂ ਪਿੰਡ ਦੇ ਵਿੱਚ ਕਿਸੇ ਵੀ ਪਰਿਵਾਰ ਨੂੰ ਕੋਈ ਜ਼ਰੂਰਤ ਹੁੰਦੀ ਸੀਗੀ, ਤੇ ਮਾਮਾ ਜੀ ਨੇ ਸਾਡਿਆਂ ਨੇ ਮਕਾਨ ਵੀ ਬਣਵਾ ਕੇ ਦਿੱਤੇ ਲੋਕਾਂ ਦੇ, ਹੈ ਨਾ, ਜਿੱਦਾਂ ਦੀ ਵੀ ਕਿਸੇ ਨੂੰ ਜ਼ਰੂਰਤ ਹੋਣੀ ਹੈ ਨਾ ਗਰੀਬ ਪਰਿਵਾਰ ਨੂੰ, ਉੱਦਾਂ ਦੇ ਕੰਮ ਪਹਿਲਾਂ ਤੋਂ ਹੀ ਜਿੱਦਾਂ ਬਲੱਡ ਦੇ ਵਿੱਚ ਆ, ਖੂਨ 'ਚ ਆ ਨਾ, ਖੂਨ ਦੇ ਵਿੱਚ ਆ, ਬਲੱਡ ਦੇ ਵਿੱਚ ਇਹ ਚੀਜ਼ ਬਣੀ। ਹਾਂਜੀ, ਉਹ ਭੈਣ ਜੀ ਉਹਨਾਂ ਤੋਂ ਪੁੱਛਦੇ ਆ, ਭੈਣੇ ਫਿਰ ਤੁਸੀਂ ਬਾਹਰੋਂ ਆਏ ਆ ਕਿ ਇੱਧਰ ਇੱਧਰ ਰਹਿੰਦੇ ਆ ਕਿ ਬਾਹਰ ਆਉਂਦੇ? ਨਹੀਂ ਜੀ, ਭਾਈ ਸਾਹਿਬ ਮੈਂ ਹਰੇਕ ਸਾਲ ਆਉਂਦੀ ਹਾਂ ਜੀ, ਐਤਕੀ ਵੀ ਮੈਂ 2-3 ਦਿਨ ਪਹਿਲਾਂ ਆਈ ਹਾਂ, ਪਿਛਲੇ ਤੋਂ ਪਿਛਲੇ ਸਾਲ ਪਹਿਲਾਂ ਕਾਫੀ ਆ ਗਈ ਸੀ, ਐਤਕੀ ਥੋੜ੍ਹੀ ਲੇਟ ਹੋ ਗਈ। ਹਰੇਕ ਸਾਲ ਅਸੀਂ ਆਉਂਦੇ ਹਾਂ, ਇਸ ਪ੍ਰੋਗਰਾਮ ਦੀ ਖਾਤਰ ਹੀ ਆਉਂਦੇ ਹਾਂ। ਹਾਂਜੀ ਹਾਂਜੀ, ਇਹ ਬਹੁਤ ਵੱਡੀ ਗੱਲ ਆ, ਬਹੁਤ ਤੁਹਾਡੀ ਸੇਵਾ ਦੀ ਦੇਣ ਆ। ਇੰਨੇ ਚੁੱਕੇ ਹੈ ਨਹੀਂ ਸੀ, ਉਸ ਮਾਲਕ ਨੇ ਕਿਰਪਾ ਕੀਤੀ, ਇੰਨੇ ਚੁੱਕੇ ਹੋਏ ਆ। ਸ਼ੁਕਰ ਸ਼ੁਕਰ, ਹਾਂਜੀ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਉਂਦੇ ਆ, ਸਕੂਨ ਆਉਂਦਾ, ਬ੍ਰਦਰ ਆਇਓ ਹੁੰਦੇ ਆ, ਦਿਲ ਨੂੰ ਸ਼ਾਂਤੀ ਹੁੰਦੀ ਆ, ਬਹੁਤ ਚੰਗਾ। ਜਦੋਂ ਫਿਰ ਜਿੱਦਾਂ ਲੜਕੀਆਂ ਦੇ ਵਿਆਹ ਕਰੀਦੇ, ਉਹਨਾਂ ਦੇ ਮਾਪੇ ਸੀਸਾਂ ਦਿੰਦੇ ਆ, ਫਿਰ ਬੜੀ ਦਿਲ ਨੂੰ ਸਕੂਨ ਆਉਂਦਾ ਵੀ ਸਾਡੇ ਭਰਾ ਬਹੁਤ ਚੰਗੇ ਕਾਰਜ ਕਰ ਰਹੇ ਆ। ਵੀ ਅਸੀਸ ਬਹੁਤ ਬੜੀ, ਧੀਆਂ ਦੀ ਅਸੀਸ ਬਹੁਤ ਵੱਡੀ। ਬਿਲਕੁਲ ਜੀ ਬਿਲਕੁਲ, ਬਹੁਤ ਅੱਖਾਂ ਚੋਂ ਪਾਣੀ ਵੀ ਜਾਂਦਾ ਆ।
ਪਿਆਰ ਦੇ ਨਾਲ। ਤੁਹਾਡੇ ਲਈ ਤਾਂ ਹੋਰ ਵੱਡੀ ਗੱਲ ਇਹ ਆ ਵੀ ਤੁਸੀਂ ਉਹ ਘਰ ਦੀ ਧੀ ਆ ਜਿਹੜਾ ਕਿੰਨੀਆਂ ਧੀਆਂ ਦੀ ਲੋਹੜੀ ਮਨਾਉਂਦਾ। ਤੁਹਾਡੇ ਲਈ ਤਾਂ ਬਹੁਤ ਵੱਡੀ ਪ੍ਰਾਪਤੀ ਹੈ, ਬਹੁਤ ਵੱਡਾ ਮਾਣ ਹੈ। ਜਿੱਥੇ ਅਸੀਂ ਚਲੇ ਜਾਈਦਾ ਕੋਈ ਵੀ ਦੇਖਦਾ ਬਿੰਦੂ ਦੀ ਭੈਣ ਆ, ਸਾਡਾ ਸਿਰ ਹੋਰ ਵੀ ਉੱਚਾ ਹੋ ਜਾਂਦਾ ਜਿੱਥੇ ਵੀ ਜਾਈਦਾ। ਬਹੁਤ ਵੱਡੀ ਗੱਲ। ਪ੍ਰਦੇਸ਼ਾਂ 'ਚ ਚਾਹੇ ਬੈਠੀ ਆ, ਉੱਥੇ ਵੀ ਕੋਈ ਭੈਣ ਜਿਵੇਂ ਉੱਥੇ ਵੀ ਸਾਡੇ ਭਰਾ ਦਾ ਹੀ ਨਾਂ ਚੱਲਦਾ ਆ। ਹਾਂ, ਪਰਮਾਤਮਾ ਪਰ ਇਹ ਅਰਦਾਸ ਹੈ ਜਿਹੜੇ ਸਾਰੇ ਭਰਾ ਇਕੱਠੇ ਕੰਮ ਕਰ ਰਹੇ ਆ, ਏਦਾਂ ਇਹਨਾਂ ਦਾ ਤਫਾਕ ਰਵੇ, ਚੜ੍ਹਦੀ ਕਲਾ ਮਹਾਰਾਜ ਕਰੇ। ਐਂ ਜੁੜੇ। ਹਾਂਜੀ, ਓਕੇ ਬਾਈ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੀ ਗੱਲ ਸੁਣਨ ਆਏ। ਨਹੀਂ ਨਹੀਂ, ਬਹੁਤ ਮੈਂ ਇੱਕ ਮੁੱਕਦੀ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ ਕਿ ਸੱਜਣੋ, ਇੱਕ ਰੁੱਖ 'ਚ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਸਾਰੀਆਂ ਧੀਆਂ ਉਹਦੇ ਛਾਵੇਂ ਬਹਿ ਜਾਣ, ਤਾਂ ਇਹ ਰੁੱਖ ਜਿੱਥੇ ਛਾਂ ਵੰਡ ਰਿਹਾ ਉੱਥੇ ਕਲਮਾਂ ਵੰਡ ਰਿਹਾ, ਕਲਮਾਂ ਵੰਡ ਰਿਹਾ, ਹੋਰ ਥਾਵਾਂ 'ਤੇ ਰੁੱਖ ਉੱਗ ਰਹੇ ਆ ਜਿਹੜੇ ਇਸ ਕਾਰਜ ਨੂੰ ਦੇਖ ਕੇ ਏਡੇ ਏਡੇ ਕਾਰਜ ਕਰ ਰਹੇ ਆ। ਮੈਨੂੰ ਲੱਗਦਾ ਵੀ ਹਜੇ ਵੀ ਇਹ ਥੋੜ੍ਹੇ ਆ, ਹੋਰ ਲੋਕ ਆਹ ਕਲਮਾਂ ਵੰਡਣ ਵਾਸਤੇ ਆਪਾਂ ਇੱਕ ਵੀਡੀਓ ਕਰ ਰਹੇ ਹਾਂ ਕਿ ਹੋਰ ਲੋਕ ਅਗਲੇ ਸਾਲ ਨੂੰ ਇਸੇ ਤਰ੍ਹਾਂ ਦੇ ਉਪਰਾਲੇ ਕਰਨ, ਸਾਡੀਆਂ ਧੀਆਂ ਨੂੰ ਓਨਾ ਸਤਿਕਾਰ ਮਿਲੇ। ਨਹੀਂ ਤਾਂ ਅਕਸਰ ਹੁਣ ਤੱਕ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਸੀ, ਮੁੰਡਿਆਂ ਦਾ ਗੁੜ ਵੰਡਿਆ ਜਾਂਦਾ ਸੀ, ਤਾਂ ਧੀਆਂ ਨੂੰ ਬਰਾਬਰ ਦਾ ਦਰਜਾ ਗੁਰੂ ਸਾਹਿਬ ਨੇ ਤਾਂ ਬਾਣੀ 'ਚ ਦੇਤਾ, ਪਹਿਲਾਂ ਹੀ ਦੇਤਾ, ਵੱਡਾ ਦੇਤਾ, ਤਾਂ ਹਜੇ ਉਹਨੂੰ ਗਰਾਊਂਡ ਲੈਵਲ 'ਤੇ ਜਿਵੇਂ ਵਕੀਲ ਸਾਹਿਬ ਨੇ ਆਖਿਆ ਸੀ ਕਿ ਉਹਨੂੰ ਅਪਲਾਈ ਕਰਨ ਦੀ ਲੋੜ ਸੀ। ਕੁਛ ਲੋਕ ਹੁੰਦੇ ਆ ਫਿਰ ਜਿਹੜੇ ਬਾਬੇ ਦੀ ਬਾਣੀ 'ਤੇ ਚੱਲ ਕੇ ਉਸ ਨੂੰ ਅਪਲਾਈ ਕਰਦੇ ਆ। ਬਹੁਤ ਵੱਡਾ ਉਪਰਾਲਾ, ਧੀਆਂ ਦੀ ਲੋਹੜੀ ਮਨਾਈ ਜਾਂਦੀ, ਧੀਆਂ ਦੇ ਵਿਆਹ ਕੀਤੇ ਜਾਂਦੇ, ਧੀਆਂ ਨੂੰ ਸਤਿਕਾਰ ਦਿੱਤਾ ਜਾਂਦਾ, ਉਹਨਾਂ ਨੂੰ ਕਿਹਾ ਜਾਂਦਾ ਕਿ ਅਸੀਂ ਤੁਹਾਨੂੰ ਦਾਨ ਨਹੀਂ ਕਰ ਰਹੇ, ਅਸੀਂ ਤੁਸੀਂ ਆਪਦਾ ਹੱਕ ਸਮਝ ਕੇ ਲੈ ਕੇ ਜਾ ਰਹੀ ਹਾਂ। ਬਹੁਤ ਵੱਡਾ ਉਪਰਾਲਾ। ਵੀਡੀਓ ਨੂੰ ਸ਼ੇਅਰ ਕਰਿਓ, ਦੁਨੀਆ ਤੱਕ ਪਹੁੰਚਾਇਓ। ਅਗਲੇ ਸਾਲ ਇਹੋ ਜਿਹੇ ਕਾਰਜ ਹੋਰ ਬਹੁਤ ਥਾਵਾਂ 'ਤੇ ਹੋਣੇ ਚਾਹੀਦੇ ਆ। ਜਿਉਂਦੇ ਰਹੋ।